ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਹੈ। ਗੱਲਬਾਤ ਹੋ ਰਹੀ ਹੈ ਪ੍ਰਕਾਸ਼ ਪੁਰਬ ਨੂੰ ਲੈ ਕੇ। ਸੁਖਜਿੰਦਰ ਰੰਧਾਵਾ ਨੇ ਫਿਰ ਬਿਆਨ ਦਿੱਤਾ। ਸੁਖਜਿੰਦਰ ਰੰਧਾਵਾ ਦਾ ਕਹਿਣਾ ਕਿ SGPC ਨਾਲ ਕਿਸੇ ਵੀ ਤਰ੍ਹਾਂ ਦੇ ਮਤਭੇਦ ਨਹੀਂ ਹੈ, ਪਰ ਅਕਾਲੀ ਦਲ ਵੱਡੇ ਮਤਭੇਦ ਕ੍ਰੀਏਟ ਕਰ ਰਿਹਾ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਨਾ ਕਿ ਅਕਾਲੀ ਦਲ ਦੀ। ਇਹ ਗੱਲ ਬਕਾਇਦਾ ਤੌਰ ਤੇ ਸੁਖਜਿੰਦਰ ਰੰਧਾਵਾ ਜੋ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੇ ਉਹਨਾਂ ਨੇ ਕਹੀ ਹੈ। ਉਹਨਾਂ ਨੇ ਕਿਹਾ ਕਿ ਸਿਆਸੀ ਦਲ ਤੇ ਧਾਰਮਿਕ ਕਮੇਟੀਆਂ ਨੂੰ ਵੱਖ ਵੱਖ ਰੱਖਿਆ ਜਾਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਸਿਆਸੀ ਦਲ ਹੈ, ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ। ਤਾਂ ਜਦੋਂ ਇਹ ਫਰਕ ਨਹੀਂ ਰਹੇਗਾ ਤਾਂ ਮਤਭੇਦ ਆਉਣੇ ਲਾਜ਼ਮੀ ਨੇ। ਉਹਨਾਂ ਨੇ ਨਸੀਹਤ ਦਿੱਤੀ ਹੈ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਿ ਉਹ ਇੱਕ ਸਿਆਸੀ ਪਾਰਟੀ ਦੇ ਨੁਮਾਇੰਦੇ ਨਾ ਬਣਨ, ਉਹ ਇੱਕ ਸਿਆਸੀ ਪਾਰਟੀ ਵਾਂਗ ਬਿਹੇਵ ਨਾ ਕਰਨ। ਸਿੱਖਾਂ ਦੀ ਗੱਲ ਕਰਨੀ ਹੈ ਤਾਂ ਫਿਰ ਨਿਰਪੱਖ ਹੋ ਕੇ ਕਰਨ, ਫਿਰ ਕੋਈ ਕਾਂਗਰਸੀ ਨਹੀਂ, ਫਿਰ ਕੋਈ ਅਕਾਲੀ ਨਹੀਂ। ਇਸ ਤਰ੍ਹਾਂ ਦੀ ਗੱਲ ਸੁਖਜਿੰਦਰ ਰੰਧਾਵਾ ਨੇ ਕਹੀ ਹੈ ਕਿ ਗੱਲਬਾਤ ਜੇ ਕਰਨੀ ਹੈ ਇਸ ਮਸਲੇ ਦੇ ਉੱਤੇ ਸਾਂਝੀ ਤਾਂ ਫਿਰ ਸੱਚਮੁੱਚ ਨਿਰਪੱਖ ਹੋਣਾ ਪਊਗਾ। ਇਹ ਨਹੀਂ ਕਿ ਅਕਾਲੀ ਦਲ ਦੀ ਗੱਲ ਸੁਣ ਲਓ ਅਤੇ ਸਾਨੂੰ ਇਗਨੋਰ ਕਰ ਦਿਉ। ਇਹ ਇਲਜ਼ਾਮ ਰੰਧਾਵਾ ਨੇ ਲਾਏ ਨੇ। ਪਿਛਲੇ ਦਿਨਾਂ 'ਚ ਮੀਟਿੰਗ ਦਾ ਬਾਇਕਆਟ ਕੀਤਾ ਸੀ ਰੰਧਾਵਾ ਨੇ। 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸਮਾਗਮ ਹੋਣੇ ਨੇ ਸੁਲਤਾਨਪੁਰ ਲੋਧੀ 'ਚ, ਡੇਰਾ ਬਾਬਾ ਨਾਨਕ 'ਚ। ਉਹਨਾਂ ਸਮਾਗਮਾਂ ਨੂੰ ਲੈ ਕੇ ਇਹ ਸਹਿਮਤੀ ਬਣਨੀ ਸੀ ਕਿ ਸਾਂਝੇ ਤੌਰ 'ਤੇ ਕਰਵਾਈਏ, ਪਰ ਦੋਵੇਂ ਹੀ ਪਾਰਟੀਆਂ ਨੇ ਜਿਹੜੀਆਂ, ਇੱਕ ਪਾਸੇ SGPC ਹੈ, ਦੂਜੇ ਪਾਸੇ ਪੰਜਾਬ ਸਰਕਾਰ ਹੈ, ਤਾਂ ਦੋਵਾਂ 'ਚ ਹੀ ਅੰਡਰਸਟੈਂਡਿੰਗ ਨਹੀਂ ਬਣ ਰਹੀ। ਗੁਰੂ ਨਾਨਕ ਦੇਵ ਜੀ ਦਾ ਬਹੁਤ ਵੱਡਾ ਦਿਨ ਆਉਣਾ, 550 ਸਾਲਾ ਪ੍ਰਕਾਸ਼ ਪੁਰਬ ਹੈ, ਪਰ ਸਿਆਸਤ ਕਰਨੋਂ ਨਹੀਂ ਹਟਦੇ। ਨਾ ਕਾਂਗਰਸੀ ਹਟਦੇ ਨੇ, ਨਾ ਅਕਾਲੀ ਹਟਦੇ ਨੇ। SGPC ਆਪਣੇ ਤਰੀਕੇ ਨਾਲ ਆਪਣੀਆਂ ਗੱਲਾਂ ਕਰ ਰਹੀ ਹੈ, ਤਾਂ ਇਸ ਕਰਕੇ ਲਗਾਤਾਰ ਮਤਭੇਦ ਦੇਖਣ ਨੂੰ ਮਿਲ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋਈ ਮਤਭੇਦ ਨਹੀਂ ਗੇ। ਮਤਭੇਦ ਸ਼੍ਰੋਮਣੀ ਅਕਾਲੀ ਦਲ ਨਾਲ, ਅਕਾਲੀ ਦਲ ਨਾਲ ਆ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕਦੇ ਵੀ ਆਪਣੇ ਮਤਭੇਦ ਸਰਕਾਰ ਨੇ ਨਹੀਂ ਰੱਖੇ। ਸਿਰਫ ਉੱਥੇ ਮਤਭੇਦ ਆ ਜੇ ਡੇਰਾ ਬਾਬਾ ਨਾਨਕ ਆ ਕੇ ਸੁਖਬੀਰ ਬਾਦਲ SGPC ਦੀ ਗੱਲ ਕਰੇਗਾ, ਉਹ ਕਦੀ ਬਰਦਾਸ਼ਤ ਨਹੀਂ ਹੋਏਗੀ, ਕਿਉਂਕਿ ਇਹ ਇੱਕ ਅਕਾਲੀ, ਇਹ ਇੱਕ ਗਰੁੱਪ ਆ, ਇੱਕ ਪਾਰਟੀ ਆ। ਜੇ ਇੱਕ ਪਾਰਟੀ ਜਿਹੜੀ ਆ ਕਬਜ਼ਾ ਕਰਨੀ ਚਾਹੁੰਦੀ ਆ, ਉਹ ਕਬਜ਼ਾ ਜਿਹੜਾ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ। ਜੇ ਅਕਾਲੀ ਦਲ ਦਾ ਪ੍ਰੈਜੀਡੈਂਟ ਉਸ ਸਟੇਜ 'ਤੇ ਕਹਿੰਦਾ ਕਿ ਸਾਡੇ ਕੋਲ ਕਬਜ਼ਾ ਹੋਣਾ ਚਾਹੀਦਾ, ਉਹਦੇ ਉੱਤੇ BJP ਦੇ ਪ੍ਰਧਾਨ ਸਾਹਿਬਾਨ ਵੀ ਬੈਠਣਗੇ ਨਾਲ, ਉਹਦੇ 'ਚ ਆਮ ਆਦਮੀ ਪਾਰਟੀ ਵੀ, ਉਹਦੇ 'ਚ LIP ਜਿਹੜੀ ਲੇਪੇ ਆ ਉਹਦਾ ਵੀ ਪ੍ਰਧਾਨ ਬੈਠੇਗਾ, ਉਹਦੇ 'ਚ ਬਾਕੀ CPI CPM ਜਾਂ ਜਿੰਨੀਆਂ ਵੀ ਪਾਰਟੀਆਂ ਨੇ, ਬਹੁਜਨ ਸਮਾਜ ਪਾਰਟੀ, ਉਹ ਮੈਂ ਕਿਹਾ ਸੀ ਜਦੋਂ ਉਸ ਵੇਲੇ ਗਿਆ ਸੀ ਕਿ ਸਾਰੇ ਬੈਠਣੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਸਿੱਖਾਂ ਦੀ ਨੁਮਾਇੰਦਾ ਜਵਾਬ ਬਣੋ, ਸਿੱਖਾਂ ਦੇ ਨੁਮਾਇੰਦੇ ਬਣੋ, ਨਾ ਕਿ ਸੁਖਬੀਰ ਬਾਦਲ ਦੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਸਿੱਖਾਂ ਦੀ ਨੁਮਾਇੰਦਾ ਜਵਾਬ ਬਣੋ, ਸਿੱਖਾਂ ਦੇ ਨੁਮਾਇੰਦੇ ਬਣੋ, ਨਾ ਕਿ ਸੁਖਬੀਰ ਬਾਦਲ ਦੇ।